ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ ਸੰਖਿਆ ਪ੍ਰਣਾਲੀ ਅਭਿਆਸ ਨੰਬਰ 1.6 ਆਖਰੀ ਅਭਿਆਸ ਹੈ ਇਸ ਪਾਠ ਦਾ ਤੇਜ ਤਿੰਨ ਸਵਾਲ ਨੇ ਤੇ ਤਿੰਨ ਸਵਾਲ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਨੋਟਬੁੱਕ 'ਤੇ ਪੈਨ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸਮਝੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਆਪਣੇ ਆਪ ਦੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸ਼ੋਭਾ ਚ 3 ਸਵਾਲ ਇਸ ਤਰ੍ਹਾਂ ਨੇ ਇਹ ਚ ਪਹਿਲੇ 3 ਭਾਗ ਨੇ ਫਿਰ 4 ਭਾਗ ਨੇ ਤੇ ਫਿਰ 4 ਭਾਗ ਨੇ ਤੇ ਆਓ ਦੇਖੋ ਅਸੀਂ ਇੱਕ ਇੱਕ ਕਰਕੇ ਇਹਨਾਂ ਦਾ ਜਿਹੜਾ ਮੁੱਲ ਲਗਾ ਉਹ ਪਤਾ ਕਰਨਾ ਹੈ ਸੋ ਇਹ ਘਾਤ ਅੰਕ ਹੈਗੇ ਨੇ ਸੋ ਘਾਤ ਅੰਕਾਂ ਦੇ ਜਿਹੜੇ ਸੂਤਰ ਸਾਨੂੰ ਯਾਦ ਨੇ ਉਹ ਮੈਂ ਨਾਲ-ਨਾਲ ਲਿਖਾਂਗਾ ਤੇ ਦੱਸਾਂਗਾ ਉਹਨਾਂ ਨੂੰ ਵਰਤ ਕੇ ਕਿਵੇਂ ਇਹਨਾਂ ਨੂੰ ਸਵਾਲ ਕਰਨਾ ਠੀਕ ਕਿਵੇਂ ਸਵਾਲਾਂ ਨੂੰ ਕਰਨਾ ਹੈ ਸੋ ਪਹਿਲਾ ਸਵਾਲ ਹੈ ਬੱਚਿਓ ਕਹਿੰਦੇ 64 ਦੀ ਘਾਤ 1/2 ਸੋ ਵਿੱਚ ਜਿਹੜਾ ਇਦਾਂ ਹੋਵੇ ਤੇ ਕੀ ਕਰੀਦਾ ਹੈ ਦੇਖੋ 1/2 ਹੈਗਾ ਨਾ ਕਾਥਿਕ/2 ਇਹਦਾ ਮਤਲਬ ਕੀ ਵਰਗਮੂਲ ਹੈਗਾ ਸੋ ਇਹਦੇ ਅੰਦਰ ਮੈਨੂੰ ਬ੍ਰੈਕਟ ਦੇ ਅੰਦਰ ਮੈਨੂੰ 2 ਇਹਦੇ ਗੁਣਨਖੰਡ ਇਸ ਤੰਗ ਨਾਲ ਕਰਨੇ ਨੇ ਵੀ ਇਸ ਤੰਗ ਨਾਲ ਕਰਾਂਗੇ ਮੈਨੂੰ 2 ਗੁਣਨਖੰਡ ਮਿਲਣ ਔਰ ਇੱਕੋ ਜਿਹਾ ਮਿਲਣਾ ਸੋ ਇਹ ਮੈਨੂੰ ਬਣਦਾ ਹੈ ਦੇਖ ਕੇ ਪਤਾ ਲੱਗਦਾ ਹੈ ਕਿ 8 8 8 8 64 ਠੀਕ ਹੈ ਹੁਣ 8 8 ਨੂੰ ਮੈਂ ਕਿੱਦਾਂ ਲਿਖ ਸਕਦਾ 8 ਦਾ ਵਰਗ ਲਿਖ ਸਕਦਾ 8 ਦਾ ਵਰਗ ਲਿਖਿਆ 64 ਨੂੰ 8 8 ਲਿਖਿਆ ਤੇ 8 8 ਨੂੰ 8 ਦਾ ਵਰਗ ਲਿਖਿਆ ਉਹਨਾ ਇਹ 2 ਦੀ ਘਾਤ ਅੰਦਰ ਹੈਗੀ ਤੇ ਬ੍ਰੈਕਟ ਪਾ ਕੇ 1/2 ਦੀ ਘਾਤ ਬਾਹਰ ਹੈਗੀ ਹੈ ਤੇ ਹੁਣ ਮੈਂ ਇਹ ਵਾਲਾ ਸੂਤਰ ਵਰਤਾਂਗਾ ਕਿ a ਦੀ ਘਾਤਾਂ ਤੇ ਪੂਰੇ ਦਾ ਬ੍ਰੈਕਟ ਦੀ ਘਾਤਾਂ ਤੇ ਫਿਰ ਇਹ ਦੋਨੋਂ ਘਾਤਾਂ ਗੁਣਾ ਹੁੰਦੀਆਂ ਤੇ ਮੈਂ ਇਹਨੂੰ ਬਰਾਬਰ ਕਰ ਦਾਂਗਾ 8 2 1/2 ਕਿਹਦੇ ਬਰਾਬਰ 2/2 ਹੋ ਜਾਏਗਾ ਕਿਉਂਕਿ 2 1/2 ਕਿਹਦੇ ਬਰਾਬਰ ਹੈ 2/2 ਦੇ ਤੇ 2/2 ਕਿਹਦੇ ਬਰਾਬਰ ਹੈ 1 ਦੇ ਸਹਿ ਆ ਗਿਆ 8 ਦੀ ਘਾਤ 1 ਅਰਥਾਤ 8 ਦੇ ਬਰਾਬਰ ਅਰਥਾਤ 64 ਦੀ ਘਾਤ 1/2 ਜਿਹੜਾ ਹੈ ਉਹ 8 ਦੇ ਬਰਾਬਰ ਹੈ ਠੀਕ ਹੈ ਅਗਲਾ ਚਲਿਏ 32 ਦੀ ਘਾਤ 1/5 ਹੁਣ ਬੱਚਾ ਦੇਖ 1/5 ਹੈਗਾ ਸੋ ਮੈਂ ਦੇਖਾਂਗਾ ਕਿ 32 ਦੇ ਕੋਈ ਐਸੇ ਇੱਕ ਕੋਈ ਗੁਣਨਖੰਡ ਕੀਤੇ ਜਾ ਸਕਦੇ ਜੋ ਮੈਨੂੰ 5 ਮਿਲ ਜਾਣ ਤੇ ਮੈਂ ਦੇਖਿਆ ਮੈਨੂੰ 5 ਮਿਲ ਜਾਂਦੇ ਨੇ ਇਹ ਦੇਖੋ 2 2 4 4 2 8 8 2 16 ਤੇ 16 2 32 ਅਰਥਾਤ 2 ਨੂੰ ਜੇ ਮੈਂ 5 ਵਾਰ ਗੁਣਾ ਕਰਾਂ ਤੇ ਮੈਨੂੰ 32 ਮਿਲਦਾ ਹੈ ਠੀਕ ਹੈ ਸੋ 2 2 ਨੂੰ 5 ਵਾਰ ਗੁਣਾ ਕੀਤਾ ਐ ਮੈਂ ਲਿਖ ਸਕਦਾ 2 ਦੀ ਘਾਤ 5 ਇਹ ਬ੍ਰੈਕਟ ਦੇ ਅੰਦਰ ਹੈ ਇਹ ਵਾਲੀ ਘਾਤ ਬ੍ਰੈਕਟ ਦੇ ਬਾਹਰ ਹੈ ਸੋ ਮੈਂ ਕੀ ਕਰਾਂਗਾ ਇਹ ਵਾਲਾ ਸਿਧਾਂਤ ਵਰਤ ਕੇ ਇਹ ਵਾਲਾ ਸੂਤਰ ਵਰਤ ਕੇ ਮੈਂ ਦੋਨੋਂ ਘਾਤਾਂ ਨੂੰ ਗੁਣਾ ਕਰ ਦਊਗਾ ਸੋ ਜਿਹੜੇ 5 ਨੂੰ 1/5 ਨਾਲ ਗੁਣਾ ਕੀਤਾ ਤੇ ਬਣ ਗਿਆ 5/5 ਤੇ 5/5 ਕਿਹਦੇ ਬਰਾਬਰ ਹੁੰਦਾ ਹੈ 1 ਦੇ ਸੋ 2 ਦੀ ਘਾਤ 1 ਅਰਥਾਤ ਇਹ ਜਿਹੜੀ ਚੀਜ਼ ਹੈਗੀ 32 ਦੀ ਘਾਤ 1/5 ਹੈ 2 ਦੇ ਬਰਾਬਰ ਹੈ ਅਗੇ ਚਲੀਏ ਅਗਲਾ ਆ ਗਿਆ ਬੱਚੋ 125 ਦੀ ਘਾਤ 1/3 ਹੁਣ ਦੇਖੋ ਇੱਥੇ 1/3 ਹੈਗਾ ਸੋ ਮੈਂ 125 ਦੇ ਟੋਟੇ ਕਰਕੇ ਇਦਾਂ ਕਰਾਂਗਾ ਕਿ ਮੈਨੂੰ 3 ਮਿਲ ਜਾਣਾ ਮਿਲਿ 3 ਗੁਣखंड ਇੱਕੋ ਜਿਹਾ ਮਿਲ ਜਾਣਾ ਤੇ ਇਹ ਤੇ ਬੱਚੋ ਸਾਨੂੰ ਸਾਰਿਆਂ ਨੂੰ ਯਾਦ ਹੋਣੀ ਛੇ ਇੰਨੇ ਦੇ 3 3 9 9 3 27 2 2 4 4 2 8 ਇੰਨਾ ਕਿ ਤੇ ਸਾਨੂੰ ਅਸੀਂ ਇਹ 7 8 ਦੀਆਂ ਸਾਰੀ ਗੱਲਾਂ ਕਰ ਚੁੱਕੇ ਆਂ ਸੋ ਅਸੀਂ ਦੇਖਦੇ ਹਾਂ 5 5 25 ਤੇ 25 5 125 ਠੀਕ ਹੈ ਸੋ ਇਹ ਹੋ ਗਿਆ 5 ਨੂੰ 3 ਵਾਰ ਗੁਣਾ ਕਰਕੇ ਮੈਨੂੰ 125 ਮਿਲਦਾ ਹੈ ਸੋ 5 ਨੂੰ 3 ਵਾਰ ਗੁਣਾ ਕਰਨ ਦਾ ਮਤਲਬ ਹੈ 5 ਦੀ ਘਾਤ 3 ਹੁਣ 3 ਘਾਤ ਅੰਦਰ ਹੈਗੀ ਹੈ ਤੇ 1 ਘਾਤ 1/3 ਘਾਤ ਬਾਹਰ ਹੈਗੀ ਸੋ ਦੋਨੋਂ ਘਾਤਾਂ ਨੂੰ ਗੁਣਾ ਕਰ ਦਾਂਗੇ ਸੋ ਬਣ ਗਿਆ 5 ਦੀ ਘਾਤ 3 1/3 ਸੋ ਜੇ 3 1/3 ਦਾ ਮਤਲਬ ਕੀ ਹੋਇਆ 3/3 ਸੋ 3/3 ਕਿਹਦੇ ਬਰਾਬਰ ਹੁੰਦਾ 1 ਦੇ ਬਰਾਬਰ ਹੁੰਦਾ ਸੋ 5 ਦੀ ਘਾਤ 1 ਬਰਾਬਰ ਹੋ ਗਿਆ ਪੰਜ ਅਰਥਾਤ 125 ਦੀ ਘਾਤ 1/3 ਜਿਹੜਾ ਹੈ ਉਹ 5 ਦੇ ਬਰਾਬਰ ਹੈ ਅੱਗੇ ਚਲੀਏ ਹੁਣ ਆ ਗਿਆ ਸਵਾਲ ਨੰਬਰ ਦੂਜਾ ਪਹਿਲਾ ਭਾਗ ਹੁਣ ਬੱਚੇ ਦੇਖੋ ਪਹਿਲੇ ਸੀਗੇ ਘਾਤ 1/2 1/5 1/3 ਹੁਣ ਉੱਪਰ ਜਿਹੜਾ ਅੰਸ਼ ਹੈਗਾ ਉਹ 1 ਨਹੀਂ ਹੈਗਾ ਹੁਣ ਦੇਖੋ ਐ 9 ਦੀ ਘਾਤ 3/2 ਹੁਣ ਥੱਲੇ ਤੇ ਦੋ ਹੀ ਹੈਗਾ ਹਰ ਜਿਹੜਾ ਹੈ ਘਾਤ ਦੇ ਅੰਕ ਵਿੱਚ ਹਰ ਜਿਹੜਾ ਹੈ ਉਹ ਦੋ ਹੀ ਹੈ ਸੋ ਮੈਂ ਇੱਥੇ ਫਿਰ ਉਹੀ ਕਰਾਂਗਾ 9 ਨੂੰ ਮੈਂ 3 3 ਲਿਖ ਲਿਆ ਤੇ 3 3 ਨੂੰ ਮੈਂ 3 ਦਾ ਵਰਗ ਲਿਖ ਸਕਦਾ 3 ਦਾ ਵਰਗ ਲਿਖ ਲਿਆ ਤੇ ਹੁਣ ਬੱਚਿਓ ਜਿੱਲੇ ਮੈਂ ਕੀ ਕਰਾਂਗਾ ਇਹ ਅੰਦਰਲੀ ਘਾਤ ਨੂੰ ਬ੍ਰੈਕਟ ਤੋਂ ਬਾਹਰਲੀ ਘਾਤ ਨਾਲ ਗੁਣਾ ਕਰਨਾ ਹੈ ਅਰਥਾਤ 2 3 2 ਤੇ 2 3 2 ਅਰਥਾਤ ਇਹ ਵਾਲਾ 2 ਤੇ ਹਰ ਵਾਲਾ 2 ਕੱਟ ਜਾਏਗਾ ਤੇ ਇਕੱਲਾ 3 ਨੂੰ ਬੱਜੇਗਾ ਉੱਪਰ ਸਹਿ ਬੰਜੇਗਾ 3 ਦੀ ਘਾਤ 3 ਸੋ 3 ਦੀ ਘਾਤ 3 ਨੂੰ ਕਿੱਦਾਂ ਲਿਖਾਂਗਾ 3 3 3 3 3 9 3 ਸਥਾਈ ਇੱਥੇ ਵੀ ਇਹੀ ਸੂਤਰ ਵਰਤਿਆ ਜਾਏਗਾ ਸੋ ਇਸ ਤਰ੍ਹਾਂ ਇਹ ਵਾਲਾ ਸਵਾਲ ਕਰਨਾ ਹੈ ਹੁਣ ਆ ਗਿਆ ਬੱਚੋ 32 ਦੀ ਘਾਤ 2/5 ਪਹਿਲਾਂ ਅਸੀਂ ਕੀਤਾ ਸੀ 32 ਦੀ ਘਾਤ 1/ ਤੇ 1/5 ਹੋਣਾ ਹੈਗਾ 2/5 ਸੋ ਇੱਥੇ ਹੀ ਕਰਨਾ ਹੈ ਪਹਿਲੇ 32 ਨੂੰ ਇਹੋ ਇੱਕ ਥੱਲੇ 5 ਹੈਗਾ ਨਾ ਅਰਥਾਤ ਪੂਰੀ ਸੰਭਾਵਨਾ ਕਿ ਇਹਨੂੰ ਅਸੀਂ 5 ਗੁਣਖੰਡਾਂ ਵਿੱਚ ਵੰਡ ਸਕਦੇ ਇੱਕੋ ਜੇ ਸੋ 2 2 2 2 ਐ ਆ ਗਿਆ ਤੇ ਬਾਹਰਲੀ ਘਾਤ ਉੱਦਾਂ ਦਾ ਉੱਦੀ ਲਿਖ ਦਿੱਤੀ ਤੇ ਇਹਨੂੰ ਦੋ ਨੂੰ ਪੰਜ ਵਾਰ ਗੁਣਾ ਹੋ ਰਿਹਾ ਜੇ ਦੋ ਦੀ ਘਾਤ ਪੰਜ ਲਿਖ ਦਿੱਤਾ ਹੁਣ ਅੰਦਰਲੀ ਘਾਤ ਬ੍ਰੈਕਟ ਤੋਂ ਬਾਹਰਲੀ ਘਾਤ ਨਾਲ ਗੁਣਾ ਹੋਏਗੀ 5 2 5 ਜਿਹੜੇ 5 ਨੂੰ 2 5 ਨਾਲ ਗੁਣਾ ਕਰਾਂਗੇ 5 ਦਾ 5 ਕੱਟ ਜਾਏਗਾ ਤੇ ਇਕੱਲਾ ਉੱਪਰ 2 ਰਹਿ ਜਾਏਗਾ ਸੋ ਇਹ ਆ ਜਾਏਗਾ 2 ਦੀ ਘਾਤ 2 ਸੋ 2 ਦੀ ਘਾਤ 2 ਦੇ ਬਰਾਬਰ ਦੇ 2 2 4 ਸੋ 4 ਦੇ ਬਰਾਬਰ ਚਾ 4 ਸਾਡਾ ਜਵਾਬ ਆ ਗਿਆ ਅੱਗੇ ਚੱਲੀਏ ਅਗਲਾ ਆ ਗਿਆ ਬੱਚੇ 16 ਦੀ ਘਾਤ 3 4 ਇਹ ਦੇਖੋ ਫੇਰ ਥੱਲੇ 4 ਹੈਗਾ ਸੋ ਇਹ ਮੈਨੂੰ ਦੇਖਦੇ ਪਤਾ ਲੱਗਦਾ ਕਿ 4 ਜਿਹੜਾ ਹੈ 16 ਜਿਹੜਾ ਹੈ ਇਹ ਦੋ ਨੂੰ ਚਾਰ ਵਾਰ ਗੁਣਾ ਕੀਤਾ ਮਿਲਦਾ ਹੈ ਦੇਖੋ 2 2 4 2 8 16 ਸੋ ਜਿਲੇ ਇਦਾਂ ਲਿਖ ਲਿਆ ਦੋ ਨੂੰ ਚਾਰ ਵਾਰ ਗੁਣਾ ਕਰਕੇ ਤੇਨੂੰ ਲਿਖਿਆ ਦੋ ਦੀ ਘਾਤ 4 ਬਾਹਰ ਬ੍ਰੈਕਟ 3/4 ਹੈਗਾ ਸੋ ਦੋਨੋਂ ਘਾਤਾਂ ਨੂੰ ਗੁਣਾ ਕਰਾਂਗੇ ਸੋ 4 3/4 4 ਦੇ ਨਾਲ ਇਹ ਹਰ ਜਿਹੜਾ ਘਾਤ ਦੇ ਵਿੱਚ ਹੈਗਾ ਕੱਟ ਜਾਏਗਾ ਸੋ ਸਾਡੇ ਕੋਲ ਬਚ ਜਾਏਗਾ ਦੋ ਦੀ ਘਾਤ 3 ਸੋ ਦੋ ਦੀ ਘਾਤ 3 ਦਾ ਮਤਲਬ ਕਿ 2 2 2 2 2 4 2 8 ਅਰਥਾਤ 16 ਦੀ ਘਾਤ ਤੈਨੂੰ ਬੜਾ ਚਾਹ ਜਿਹੜਾ ਹੈ ਉਹ 8 ਦੇ ਬਰਾਬਰ ਹੈ ਤੇ ਅਸੀਂ ਇਹ ਵਾਲਾ ਜਿਹੜਾ ਸੂਤਰ ਇੱਥੇ ਜਿਹੜਾ ਹੈ ਇਹ ਵਾਲਾ ਵਰਤਿਆ ਹੈ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਦੇਖੋ ਘਟਾ ਵਾਲਾ ਨਿਸ਼ਾਨ ਇਹ ਹੋਰ ਹੀ ਮਹੱਤਵਪੂਰਨ ਹੈ 125 ਦੀ ਘਾਤ ਘਟਾ 1/3 ਰਿਨਾਤਮਕ 1/3 ਹੁਣ ਬੱਚਿਓ ਅਸੀਂ ਪਹਿਲੇ ਰਿਨਾਤਮਕ ਨੂੰ ਨਹੀਂ ਛੇੜਨਾ ਕੁਝ ਨਹੀਂ ਕਰਨਾ ਅਸੀਂ ਦੇਖਣਾ ਕਿ ਥੱਲੇ ਜਿਹੜਾ ਹਰ ਹੈਗਾ ਉਹਦੇ ਵਿੱਚ 3 ਹੈਗਾ ਸੋ 125 ਨੂੰ ਮੈਂ 3 ਪੰਜਾਂ ਨਾਲ ਗੁਣਾ ਕਰਕੇ 125 ਹੁੰਦਾ ਸੋ 5 5 5 ਤੇ ਬਾਲ ਦੀ ਘਾਤ ਇੱਥੇ ਲਿਖ ਦੇਣੀ ਰੈਨਾਤਮਕ 1/3 ਠੀਕ ਹੈ ਫਿਰ ਇਹ 5 ਨੂੰ ਤਿੰਨ ਵਾਰ ਜਿਹੜਾ ਗੁਣਾ ਕਰਦੇ ਆ ਇਹਨੂੰ 5 ਦੀ ਘਾਤ 3 ਲਿਖ ਸਕਦੇ ਆ ਲਿਖ ਸਕਦੇ ਆ ਠੀਕ ਹੈ ਜੀ ਹੁਣ ਇਹ ਤਿੰਨ ਦੀ ਜਿਹੜੀ ਘਾਤ ਹੈਗੀ ਅੰਦਰਲੀ ਇਹਨੂੰ ਬਾਹਰਲੀ ਘਟਾ 1/3 ਦੀ ਘਾਤ ਨਾਲ ਗੁਣਾ ਕਰਾਂਗੇ ਸੋ 5 ਦੀ ਘਾਤ 3 ਗੁਣਾ ਰੈਨਾਤਮਕ 1/3 ਹੁਣ ਤਿੰਨ ਦਾ ਤਿੰਨ ਬੱਚੇ ਕੱਟ ਗਿਆ ਤੇ ਕੀ ਬਚਿਆ ਇੱਥੇ ਰੈਨਾਤਮਕ ਇੱਕ ਹੁਣ ਇੱਕ ਨਹੀਂ ਅਗਰ ਰੈਨਾਤਮਕ ਇੱਕ ਆਇਆ ਸਭ ਬਚ ਗਿਆ 5 ਰੈਨਾਤਮਕ 1 ਤੇ ਬੱਚਿਓ ਇਹ ਵਾਲਾ ਸੂਤਰ ਨੇ ਇਥੇ ਵਾਧੂ ਜਿਹੜਾ ਅਸੀਂ ਇੱਕ ਐਕਸਟਰਾ ਹੁਣ ਵਰਤਾਂਗੇ ਉਹ ਏ ਦੀ ਘਾਤ ਕਟਾ ਐਮ ਹੋਵੇ ਤੇ ਜੇ ਇਹ ਰਿਨਾਤਮਕ ਚਿੰਨ ਹਟਾਣਾ ਤੇ ਕੀ ਕਰੀਦਾ ਇਹਦਾ ਉਲਟ ਕਰਮ ਕਰ ਦਿੰਦਾ 1/ਏ ਦੀ ਘਾਤ ਐਮ ਮਨ ਲੱਕੀ ਇਹਨੂੰ 1/ ਕਰ ਦੋ ਜੋ ਇਥੇ ਲਿਖਿਆ ਹੈ ਤੇ ਰਿਨਾਤਮਕ ਚਿੰਨ ਹਟਾ ਦੋ ਤੇ ਘਾਤ ਜਿਹੜੀ ਇਤਨਾਤਮਕ ਹੋ ਜਾਂਦੀ ਹੈ ਸੋ 5 ਦੀ ਘਾਤ ਕਟਾ 1 ਜਿਹੜੀ ਇਹ ਉਹ ਬਰਾਬਰ ਹੈਗੀ 1/ 5 ਦੀ ਘਾਤ 1 ਤੇ 5 1 ਕਿਹਦੇ ਬਰਾਬਰ ਹੈ 5 ਦੇ ਬਰਾਬਰ ਸੋ ਇਹ ਆ ਗਿਆ 1/5 ਕਿਉਂਕਿ ਇੱਥੇ ਰਿਣਾਤਮਕ ਚ ਇਸ ਹਿਸ ਕਰਕੇ ਆ 1/5 ਇਹਦਾ ਜਵਾਬ ਆਇਆ ਐਵੇਂਲੇ ਸਵਾਲ ਨੂੰ ਬੱਚਿਓ ਤੁਸੀਂ 2-3 ਵਾਰ ਚੰਗੀ ਤਰ੍ਹਾਂ ਕਰ ਲੈਣਾ ਰਿਣਾਤਮਕ ਚ ਚਿੰਨ ਵਾਲੇ ਸਵਾਲ ਨੇ ਮਹੱਤਵਪੂਰਨ ਵੀ ਨੇ ਨਾ ਨਾ ਬੱਕਰੇ ਆ ਗਏ ਨੇ ਠੀਕ ਹੈ ਆਉਣ ਅਗਲਾ ਸਵਾਲ ਦੇਖੀਏ ਤੀਸਰਾ ਸਵਾਲ ਆ ਗਿਆ ਹੈਗਾ ਬੱਚਿਓ 2 ਦੀ ਘਾਤ 2/3 ਤੇ ਗੁਣਾ 2 ਦੀ ਘਾਤ 1/5 ਹੁਣ ਬੱਚਿਓ ਇੱਥੇ ਅਸੀਂ ਐਵਲਾ ਸੂਤਰ ਵਰਤਾਂਗੇ a ਦੀ ਘਾਤ m ਗੁਣ ਏ ਦੀ ਘਾਤ ਐਨ ਬਰਾਬਰ ਏ ਦੀ ਘਾਤ ਐਮ ਜਮਾ ਅਰਥਾਤ ਜਦੋਂ ਆਧਾਰ ਇੱਕੋ ਜਾਂ ਹੋਵੇ ਏ ਤੇ ਏ ਕਿ ਦੋ ਘਾਤਾਂ ਵਖਰੀਆਂ ਵਖਰੀਆਂ ਹੋਣ ਤੇ ਦੋਨੋਂ ਆਨੂੰ ਗੁਣਾ ਕਰ ਰਿਆ ਹੋਏ ਤੇ ਫੇਰ ਕੀ ਕਰੀਦਾ ਆਧਾਰ ਇੱਕ ਲਿਖ ਕੇ ਦੋਨੋਂ ਘਾਤਾਂ ਨੂੰ ਜੋੜ ਦੇਈਦਾ ਹੈ ਸੋ ਬੱਚਿਓ ਐ ਕੀ ਕਰਾਂਗੇ ਦੇਖੋ ਦੋ ਏ ਇੱਥੇ ਵੀ ਦੋ ਏ ਅਰਥਾਤ ਆਧਾਰ ਸੇਮ ਹੈ ਸੋ ਦੋ ਦੀ ਘਾਤ 2/3 ਜਮਾ 1/5 ਤੇ ਬੜਾ ਸੌਖਾ ਬੱਚਿਓ ਹੁਣ ਮੈਂ ਲਗੋਤੋਂ ਵੀ ਨਹੀਂ ਲੈ ਕੇ ਦੱਸ ਰਿਹਾ ਤੁਹਾਨੂੰ ਆ ਦੇਖੋ 3 ਥੱਲੇ 3 ਹੈਗਾ ਇੱਥੇ ਥੱਲੇ 5 ਹੈਗਾ 5 3 15 ਸੋ 15 ਆ ਜਾਏਗਾ ਕੀ ਤੁਹਾਡਾ ਲਗੁੱਤਾ ਆਪਣਾ ਉਹ ਅਧਰੇਗਾ ਲਗੁੱਤਾ ਮਾ ਦੇਗਾ ਸੋ 3 5 15 ਤੇ 5 ਦਣੀ 10 ਇੱਥੇ ਹੋ ਗਿਆ ਤੇ ਇਹ ਹੈਗਾ 1 ਤੇ 5 3 15 ਤੇ 1 3 3 ਸੋ 10 3 15 ਉਹ 10 3 13 ਸੋ ਆ ਗਿਆ ਬੱਚਿਓ ਇਹਦਾ ਜਵਾਬ ਆ ਜਾਏਗਾ 2 ਦੀ ਘਾਤ 13 15 ਇਹ ਆ ਗਿਆ ਸਾਡਾ ਜਵਾਬ ਇਹਨੂੰ ਤੁਸੀਂ ਕਰਕੇ ਦੇਖ ਲਓ ਚੰਗੀ ਤਰ੍ਹਾਂ ਆਪਣਾ ਠੀਕ ਹੈ ਹੁਣ ਆ ਗਿਆ ਬੱਚਿਓ a ਦੀ ਕ a 3 ਦੀ ਘਾਤ 3 ਤੇ ਪੂਰੇ ਦੀ ਘਾਤ 7 ਤੇ ਇਹ ਇਹਦਾ ਅਸੀਂ ਹੱਲ ਲੱਭਣਾ ਹੈ ਮੈਂ ਇਹਨੂੰ ਇਹਨੂੰ ਸਰਲ ਕਰਨਾ ਹੈ ਸੋ ਇਹ ਕੀ ਕਰਾਂਗੇ ਜਦੋਂ ਬੱਚੇ ਤਾਂ ਬ੍ਰੈਕਟ ਹੋਵੇ ਠੀਕ ਹੈ ਤੇ ਉਹਦੀ ਘਾਤ ਹੋਵੇ ਯਾਨੀ ਕਿ ਉਹ ਘਾਤ ਅੰਸ਼ ਨੂੰ ਵੀ ਲੱਗੇਗੀ ਤੇ ਹਰਨ ਨੂੰ ਵੀ ਲੱਗੇਗੀ ਦੇਖੋ a b ਦੀ ਘਾਤ m ਹੋਵੇ ਤੇ ਇਹਦਾ ਉਹਨਾਂ ਕਿ a ਦੀ ਘਾਤ m ਤੇ b ਦੀ ਘਾਤ m ਸੋ ਮੈਂ ਕੀ ਕੀਤਾ ਇੱਥੇ 1 ਦੀ ਘਾਤ 7 ਤੇ 3 ਦੀ ਘਾਤ 3 ਪਹਿਲਾਂ ਹੀ ਹੈਗਾ ਸੋ ਇਹਨੂੰ ਜੇਲੇ 7 ਦੀ ਘਾਤ ਕਰਾਂਗੇ ਤੇ ਉਹ ਇਹ ਬ੍ਰੈਕਟ ਤੋਂ ਬਾਹਰ ਹੈਗੀ ਹੈ ਉਹਦੀ 7 ਨਾਲ ਗੁਣਾ ਹੋ ਜਾਏਗੀ 3 7 ਠੀਕ ਹੈ ਹੁਣ ਇਹ ਹੋ ਗਿਆ ਬੱਚਿਓ a ਦੀ ਘਾਤ 7 ਕਿਹਦੇ ਬਰਾਬਰ ਹੁੰਦਾ ਹੈ 1 ਦੇ ਬਰਾਬਰ ਕਿਉਂਕਿ a ਦੀ ਘਾਤ ਜਿੰਨੀ ਮਰਜ਼ੀ ਹੋ ਜਾਏ ਉਹ 1 ਹੀ ਰਹਿੰਦਾ ਸੋ ਬੱਚਿਓ ਫਿਰ ਇਹ 3 7 ਕਿਹ ਹੋ ਗਿਆ ਸੋ ਇਹ ਹੋ ਗਿਆ 1 3 ਦੀ ਘਾਤ 21 ਤੇ ਜੇ ਮੈਂ ਇਹ ਵਟਾ ਹਟਾਣਾ ਤੇ ਮੈਂ ਲਿਖ ਸਕਦਾ 3 ਦੀ ਘਾਤ 21 ਕਿਉਂ ਕਿ a ਦੀ ਘਾਤ m 1 a ਦੀ ਘਾਤ m ਠੀਕ ਹੈ ਜੇ ਇਥੇ ਜਮਾ ਹੋਵੇ ਇਥੇ ਘਟਾ ਹੋ ਜਾਏਗਾ ਇਥੇ ਘਟਾ ਹੋ ਜਾਏ ਤੇ ਇਥੇ ਜਮਾ ਹੋ ਜਾਏਗਾ ਹੁਣ ਇਥੇ ਵਿੱਚ ਜਮਾ ਦਾ ਨਿਸ਼ਾਨ ਸੀਗਾ ਧਨਾਤਮਕ ਹੈਗਾ ਤੇ ਮੈਂ ਜਿਹਨੇ ਇੱਕ ਘਟਾਇਆ ਇਹਨੂੰ ਉੱਪਰ ਲੈ ਆਂਦਾ ਤੇ ਇਥੇ ਰਿਣਾਤਮਕ ਛਲਨ ਲੱਗ ਗਿਆ ਸੋ ਜਾਂ ਤੁਸੀਂ 1/3 ਦੀ ਘਾਤ -21 ਕਰਕੇ ਵੀ ਛੱਡ ਸਕਦੇ ਹੋ ਲਿਖ ਸਕਦੇ ਹੋ ਤੇ ਨਹੀਂ ਤੇ ਇਹਨੂੰ ਹੋਰ ਸਰਲ ਕਰਕੇ 3 ਦੀ ਘਾਤ ਰਿਣਾਤਮਕ 21 ਵੀ ਲਿਖ ਸਕਦੇ ਹੋ ਅੱਗੇ ਚੱਲੀਏ ਹੁਣ ਅਗਲਾ ਸਵਾਲ ਆ ਗਿਆ ਬੱਚਿਓ 11 ਦੀ ਘਾਤ 1/2 ਤੇ ਪੂਰਾ 11 ਦੀ ਘਾਤ 1/4 ਹੁਣ ਬੱਚਿਓ ਇਸ ਇੱਥੇ ਇਹ ਉਹਨਾ ਸੂਤਰ ਵਰਤਾਂਗੇ ਇਹ ਦੇਖੋ ਜਿੱਦਾਂ ਗੁਣਾ ਦੇ ਵਿੱਚ ਘਾਤਾਂ ਜੁੜਦੀਆਂ ਨੇ ਭਾਗ ਦੇ ਵਿੱਚ ਘਾਤਾਂ ਘਟਦੀਆਂ ਨੇ a ਦੀ ਘਾਤ m a ਦੀ ਘਾਤ n a ਦੀ ਘਾਤ m n ਹੁਣ ਇੱਥੇ a 11 ਹੈਗਾ ਇੱਥੇ ਵੀ 11 ਹੈਗਾ ਸੋ ਇੱਥੇ ਘਾਤ 1/2 m ਹੈਗੀ ਹੈ 1/4 n ਹੈਗੀ ਹੈ ਸੋ ਅਸੀਂ ਕੀ ਕਰਾਂਗੇ 11 ਦੀ ਘਾਤ 1/2 1/4 ਇੱਥੇ ਹਰ ਹੈਗਾ 2 ਇੱਥੇ ਹਰ ਹੈਗਾ 4 ਸੋ 2 4 ਦਾ ਲਘੁਤਮ ਕੀ ਹੁੰਦਾ 4 ਠੀਕ ਹੈ ਸੋ 2 2 4 2 1 2 ਇੱਥੇ 2 ਆ ਜਾਏਗਾ ਤੇ ਕਟਾ 4 1 3 1 1 1 ਇੱਥੇ 1 ਹੀ ਰਹੇਗਾ ਸੋ 4 2 ਜੋ 1 ਗਿਆ 1 ਸੋ ਇਹ ਬਣ ਗਿਆ 11 ਦੀ ਘਾਤ 1 4 ਇਹ ਪੂਰੇ ਨੂੰ ਸਰਲ ਕਰਕੇ ਦੋ ਪੜਾਵਾਂ ਤੋਂ ਬਾਅਦ ਸਾਨੂੰ ਮਿਲਿਆ 11 ਦੀ ਘਾਤ 1 4 ਤੇ ਇਹ ਵੜਾ ਸੂਤਰ ਸੀ ਵਰਤਿਆ ਹੈ ਹੁਣ ਆ ਗਿਆ ਬੱਚਿਓ ਗੁਣਾ ਵਾਲਾ ਹੁਣ ਦੇਖੋ ਇੱਥੇ 7 ਹੈਗਾ 7 ਦੀ ਘਾਤ 1 2 ਇੱਥੇ ਹੈਗਾ 8 8 ਦੀ ਘਾਤ 1/2 ਪਰ ਬੱਚੋ ਅਸੀਂ ਉਹਨਾਂ ਦੇਖੋ ਇੱਥੇ ਆਧਾਰ 8 ਹੈਗਾ ਇੱਥੇ 7 ਹੈਗਾ ਅਸੀਂ ਇਹਨਾਂ ਨੂੰ ਦੋਨਾਂ ਨੂੰ ਜੋੜ ਨਹੀਂ ਸਕਦੇ ਸੋ ਇੱਥੇ ਦੂਜਾ ਸੂਤਰ ਵਰਤਿਆ ਜਾਏਗਾ ਉਹ ਕਿਹੜਾ ਜਦੋਂ ਆਧਾਰ ਵੱਖਰੇ ਵੱਖਰੇ ਹੋਣ ਇੱਥੇ a ਹੈਗਾ ਇੱਥੇ b ਹੈਗਾ ਪਰ ਘਾਤਾਂ ਇੱਕੋ ਜੀਆਂ ਹੋਣ ਕਿ ਅਸੀਂ ਕੀ ਕਰ ਸਕਦੇ ਹਾਂ ਦੋਨੋਂ ਆਧਾਰਾਂ ਨੂੰ ਗੁਣਾ ਕਰਕੇ ਬ੍ਰੈਕਟ ਵਿੱਚ ਲਿਖ ਕੇ ਸਾਂਝੇ ਤੌਰ ਤੇ ਦੋਨਾਂ ਦੀ ਘਾਤ ਲਿਖ ਸਕਦੇ ਹਾਂ ਕਿਉਂਕਿ ਪਰ ਇਹਦੇ ਵਿੱਚ ਘਾਤ ਬਰਾਬਰ ਹੋਣੀ ਚਾਹੀਦੀ ਇੱਥੇ ਵੀ m ਹੋਵੇ ਇੱਥੇ ਵੀ m ਹੋਵੇ ਹੁਣ ਇੱਥੇ ਬੱਚੋ 1/2 ਕਹਾਤ ਹੈ ਕਿ ਇਹ ਇੱਥੇ ਵੀ ਘਾਤ 1/2 ਹੈਗੀ ਹੈ ਅਰਥਾਤ ਮੈਂ ਇਹ ਦੋਨਾਂ ਨੂੰ ਇਦਾਂ ਲਿਖ ਸਕਦਾ 7 8 ਦੋਨੋਂ ਆਧਾਰਾਂ ਨੂੰ ਬ੍ਰੈਕਟ ਪਾ ਕੇ ਤੇ ਘਾਤ ਜਿਹੜੀ ਬਰਾਬਰ ਹੈ ਦੋਨਾਂ ਨੂੰ ਸਾਂਝੇ ਤੌਰ ਤੇ 1/2 ਲਿਖ ਸਕਦਾ ਤੇ 7 8 56 ਸੋ ਇਹ ਬਣ ਜਾਏਗਾ 56 ਦੀ ਘਾਤ 1/2 ਸੋ ਬੱਚਿਓ ਬੜੇ ਹੀ ਮਹੱਤਵਪੂਰਨ ਹੈ ਇਹ ਵਾਲਾ ਅਭਿਆਸ ਹੈਗਾ ਤੇ ਤੁਸੀਂ ਇਹ ਸਾਰੇ ਸਵਾਲਾਂ ਨੂੰ ਆਪਣੇ ਆਪ ਇੱਕ ਵਾਰ ਜ਼ਰੂਰ ਕਰ ਲੈਣਾ ਤੇ ਆਪਣੇ ਜਿਹੜੇ ਜਵਾਬ ਆਣਗੇ ਉਹਨਾਂ ਦਾ ਮਿਲਾਨ ਕਰ ਲੈਣਾ ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਨਿਮ ਸ਼ਾਗਿਰਦ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ